ਪਿੰਡ ਰੋਡੇ ਖੁਰਦ ਦੇ ਮਤਦਾਨ ਕੇਂਦਰ ਤੇ ਅਣਪਛਾਤਿਆਂ ਨੇ ਕੀਤਾ ਕਬਜ਼ਾ, ਵੋਟਾਂ ਪੈਣਗੀਆਂ ਦੁਬਾਰਾ। ਅੱਜ ਮੋਗਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਵੋਟਾਂ ਪਾਉਣ ਦੀ ਚੱਲ ਰਹੀ ਪ੍ਰਕਿਰਿਆ ਦੌਰਾਨ ਪੋਲਿੰਗ ਸਟੇਸ਼ਨ ਤੇ ਕਬਜ਼ਾ ਕਰਨ ਦੀ ਘਟਨਾ ਨੇ ਸ਼ਾਂਤਮਈ ਚੱਲ ਰਹੀ ਚੋਣ ਪ੍ਰਕਿਰਿਆ ਵਿੱਚ ਵਿਘਨ ਪਾਇਆ। ਮੋਗਾ ਜ਼ਿਲ੍ਹਾ ਦੇ ਪਿੰਡ ਰੋਡੇ ਖੁਰਦ ਵਿਖੇ 11-20 ਦੇ ਕਰੀਬ 126 ਨੰਬਰ ਬੂਥ ਤੇ 25 ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਕਬਜ਼ਾ ਕਰ ਲਿਆ। ਉਹਨਾਂ ਧੱਕੇ ਨਾਲ ਬੈਲਟ ਬਾਕਸਾਂ ਵਿੱਚ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੀ ਸੂਚਨਾ ਚੋਣ ਘਰ ਅਫਸਰ ਏਡੀਸੀ ਜਗਵਿੰਦਰਜੀਤ ਸਿੰਘ ਨੂੰ ਦਿੱਤੀ ਗਈ। ਉਹਨਾਂ ਤੁਰੰਤ ਕਾਰਵਾਈ ਕਰਦਿਆਂ SDM ਬਾਘਾਪਾਣਾ ਅਮਰਬੀਰ ਸਿੰਘ ਸੰਧੂ ਅਤੇ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਸੋਤਾ ਨੂੰ ਮੌਕੇ 'ਤੇ ਭੇਜਿਆ, ਜਿਨ੍ਹਾਂ ਸਥਿਤੀ 'ਤੇ ਕਾਬੂ ਪਾਇਆ ਅਤੇ ਪਾਰਟੀ ਵਾਪਸ ਬਾਘਾਪਾਣਾ ਪਰਤ ਆਈ ਹੈ। SDM ਵੱਲੋਂ ਜ਼ਿਲ੍ਹਾ ਚੋਣ ਘਰ ਅਫਸਰ ਕਮ ਡਿਪਟੀ ਕਮਿਸ਼ਨਰ DPA ਸਿੰਘ ਖਰਬੰਦਾ ਨੂੰ ਸਮੁੱਚੀ ਰਿਪੋਰਟ ਭੇਜ ਦਿੱਤੀ ਗਈ ਹੈ ਅਤੇ ਹੁਣ ਇਸ ਬੂਥ 'ਤੇ ਦੁਬਾਰਾ ਵੋਟਾਂ ਪਾਈਆਂ ਜਾਣਗੀਆਂ। ਪੰਜਾਬ ਗੁਰੂਵਾਲੀ ਪਿੰਡ ਰੋਡੇ ਖੁਰ ਤੋਂ ਬਿੱਟੂ ਪੁਰਬਾ ਦੀ ਰਿਪੋਰਟ। ਮੈਂ ਪਾਰਟੀ ਨੰਬਰ 23 ਦੇ ਨਾਲ ਇੱਥੇ 126 ਨੰਬਰ ਬੂਥ 'ਤੇ ਪੋਲਿੰਗ ਲਈ ਆਈ ਸੀ ਸਰ। ਕੱਲ੍ਹ ਸ਼ਾਮ ਨੂੰ ਜਦੋਂ ਆਏ ਸਾਨੂੰ ਕਿਹਾ ਕਿ ਅਸੀਂ ਸਕੂਲ 'ਚ ਜਾ ਰਹੇ ਹਾਂ, ਪ੍ਰਾਇਮਰੀ ਸਕੂਲ। ਐਕਚੁਅਲੀ ਇਹ ਪ੍ਰਾਇਮਰੀ ਸਕੂਲ ਕਾਫੀ ਚਿਰ ਤੋਂ ਬੰਦ ਸੀ, ਹੁਣ ਇਹ ਪਿੰਡ ਦਾ ਸ਼ਮਸ਼ਾਨ ਘਾਟ ਹੈ ਜਿੱਥੇ ਸਾਨੂੰ ਭੇਜਿਆ ਗਿਆ। ਇੱਥੇ ਕਿਸੇ ਤਰ੍ਹਾਂ ਦਾ ਕੋਈ ਅਰੇਂਜਮੈਂਟ ਨਹੀਂ ਸੀ, ਅਸੀਂ ਸਾਰੇ ਸਟਾਫ ਨੇ ਆ ਕੇ ਪਹਿਲਾਂ ਇੱਕ ਕਮਰਾ ਤਿਆਰ ਕੀਤਾ। ਫਿਰ ਸ਼ਾਮ ਨੂੰ ਸਰ ਨੂੰ ਲੱਗੇ ਵੀ ਬਹੁਤ ਇਨਸਕਿਓਰ ਆ ਫੀਮੇਲਸ, ਸਾਡੇ ਪ੍ਰੈਜ਼ਾਈਡਿੰਗ ਸਰ ਕਹਿੰਦੇ ਫੀਮੇਲਸ ਜਾਓ 6 ਵਜੇ ਤੁਸੀਂ ਇੱਥੇ ਆ ਜਾਓ। ਸਰ ਅਸੀਂ ਇੱਥੇ ਆ ਗਏ ਪਰ ਇੱਥੇ ਸਰ ਨਾ ਵਾਸ਼ਰੂਮ ਦੀ ਕੋਈ ਫੈਸਿਲਿਟੀ ਹੈ ਨਾ ਕੁਛ, ਅਸੀਂ ਰੋਡ ਕ੍ਰੋਸ ਕਰਕੇ ਗਏ ਜਦੋਂ ਕਿ ਜਿਹੜੇ ਪੋਲਿੰਗ ਪਾਰਟੀ ਇਹਦੇ ਨਾਲ ਬਹੁਤ ਇਨਸਕਿਓਰ ਸੀ। ਕੋਈ ਵੀ ਘਟਨਾ ਵਾਪਰ ਸਕੀ, ਇਹਦੇ ਵਿੱਚ ਕੈਪਚਰਿੰਗ ਹੋਈ ਸਰ ਜੀ। ਪੋਲਿੰਗ ਦਾ ਕੰਮ ਵਧੀਆ ਸ਼ਾਂਤੀਪੂਰਵਕ ਚੱਲ ਰਿਹਾ, ਪੋਲਿੰਗ 126 'ਤੇ ਮੇਰੀ ਡਿਊਟੀ ਲੱਗੀ ਹੈ ਅਤੇ 11:20 'ਤੇ 10-15 ਮੁੰਡੇ ਜਿਹੜੇ 20-25 ਸਾਲ ਦੇ ਉਮਰ ਸੀਗੀ, ਜਿਹਨਾਂ ਦੇ ਅੰਦਰ ਦਾਖਲ ਹੋਏ ਆ, ਮੂੰਹ ਬੰਨੇ ਹੋਏ ਸੀ ਉਹਨਾਂ ਦੇ, ਉਹਨਾਂ ਨੇ ਜ਼ਬਰਦਸਤੀ ਬੈਲਟ ਪੇਪਰ ਖੋਹ ਕੇ ਅਤੇ ਧੱਕਾ ਮੁੱਕੀ ਕੀਤੀ। ਪੁਲਿਸ ਵਾਲਿਆਂ ਨੇ ਵੀ ਕੀਤੀ ਧੱਕਾ ਮੁੱਕੀ ਅਤੇ ਉਹਨਾਂ ਨੇ ਬੈਲਟ ਬਾਕਸਾਂ 'ਚ ਪਾੜਤੇ ਜੀ। ਅਤੇ ਕੁਛ ਬੈਲਟ ਬਾਕਸਾਂ ਕਿਸ ਦੇ ਹੱਕ 'ਚ ਪਾਈਆਂ ਇਸ ਦਾ ਪਤਾ ਲੱਗਿਆ ਤੁਹਾਨੂੰ, ਜਿਹੜੇ ਉਹਨਾਂ ਨੇ ਵੋਟਾਂ ਪਾਈਆਂ ਜੀ? ਉਹ ਜੀ ਪਤਾ ਨਹੀਂ ਗਿਆ, ਉਹਨਾਂ ਨੇ ਆਪਦਾ ਪ੍ਰਸ਼ਾਸਨ ਵੱਲੋਂ ਅਤਿ ਸੰਵੇਦਨਸ਼ੀਲ ਬੂਥਾਂ 'ਤੇ ਵੀਡੀਓਗ੍ਰਾਫੀ ਰੱਖੀ ਪੈ ਕੇ ਤੁਸੀਂ ਵੀਡੀਓਗ੍ਰਾਫ ਕਰ ਰਹੇ ਸੀ? ਨਹੀਂ ਜੀ, ਇੱਥੇ ਕੋਈ ਵੀਡੀਓਗ੍ਰਾਫੀ ਨਹੀਂ, ਕੋਈ ਭੇਜਿਆ ਨਹੀਂ ਗਿਆ ਪ੍ਰਸ਼ਾਸਨ ਵੱਲੋਂ? ਇੱਥੇ ਕੋਈ ਵੀਡੀਓਗ੍ਰਾਫੀ ਵਾਲਾ ਨਹੀਂ ਆਇਆ। ਅਤੇ ਪੋਲਿੰਗ ਬੂਥ ਕਿਹਨੇ ਕਹਿਣ 'ਤੇ ਬੰਦ ਕੀਤੀ ਜੀ ਪੋਲਿੰਗ? ਇਹ ਤਾਂ ਜੀ ਪ੍ਰਸ਼ਾਸਨ ਦੇ ਕਹਿਣ 'ਤੇ ਅਸੀਂ ਉੱਚ ਅਧਿਕਾਰੀਆਂ ਨਾਲ ਸੈਕਟਰ ਅਫਸਰ ਆ ਉਹਨਾਂ ਨੂੰ ਫੋਨ ਲਾਏ, ਮੁੜ ਕੇ ਤਹਿਸੀਲਦਾਰ ਸਾਹਿਬ ਆਏ ਇੱਥੇ, ਉਹਨਾਂ ਦੇ ਕਹਿਣ 'ਤੇ ਬੰਦ ਕੀਤਾ ਅਤੇ ਅੰਦਰ ਆਏ ਜ਼ਬਰਦਸਤੀ, ਉਹਨਾਂ ਨੂੰ ਬੈਲਟ ਪੇਪਰ ਪਾੜੇ ਅਤੇ ਉਹ ਬੈਲਟ ਬਾਕਸ ਵਿੱਚ ਪਾੜੇ।